ਸਲਾਮ ਅਲੈਕੁਮ ਪਿੰਡ ਵਾਲਿਓ, ਵਧੀਆ ਜੇ ਪਿੰਡ ਵਾਲਿਓ, ਜ਼ਰਾ ਗੱਲ ਧਿਆਨ ਨਾਲ ਸੁਣੀ ਆ। ਬੱਚੇ ਕੋਲ ਤਿੰਨ ਮਾਡਲ ਲੜਕੀਆਂ ਆਈਆਂ ਨੇ, ਇੱਕ ਸ਼ਵੇਰੀਆ ਆਈ ਹੈ, ਇੱਕ ਮਰੀਅਮ ਨਵਾਜ਼ ਆਈ ਹੈ, ਇੱਕ ਮਰਾਨ ਹਾ। ਤਿੰਨੇ ਅਮੀਰ ਤਰੀਨ ਬੰਦੇ ਆ ਬੱਚੇ ਦੇ ਕੋਲ ਆਏ। ਤੁਸੀਂ ਵੇਖੋਗੇ ਬੱਚਾ ਛੋਟਾ ਜਿਹਾ, ਇਹਦੇ ਕੰਮ ਵੇਖੋ। ਹਾਮੀ ਅਬਦੁੱਲਾ, ਤੇਰੇ ਕੋਲ ਸ਼ਵੇਰੀਆ ਆਈ ਸੀ, ਮੂੰਹ ਬੋਲ ਕੇ ਦੱਸਣ ਆਈ ਸੀ, ਕੀ ਲੈਣ ਆਈ ਸੀ? ਸ਼ਵੇਰੀਆ ਕੀ ਲੈਣ ਆਈ ਸੀ? ਸ਼ਵੇਰੀਆ ਸ਼ਵੇਰੀਆ ਕਪੂਰ ਕੀ ਲੈਣ ਆਈ ਸੀ ਫਿਲਮ ਵਾਲੀ ਤੇਰੇ ਕੋਲੋਂ, ਦੁਕਾਨ ਤੋਂ? ਨਿੱਪਲ ਲੈਣਾ ਸੀ। ਲੈ ਵੀ ਉਹਦਾ ਬੱਚਾ ਬੜਾ ਰੋਂਦਾ ਪਿਆ ਸੀ, ਉਹਨੇ ਉਹਨੂੰ ਪਿਆਣਾ ਸੀ ਦੁੱਧ, ਅਤੇ ਉਹ ਬੱਚੇ ਬਸ ਨਿੱਪਲ ਲੈਣ ਆਈ ਸੀ। ਮਰਾਨ ਹਾਂ ਕੀ ਕਰਨ ਆਇਆ ਸੀ ਤੇ ਲੈ ਵੀ ਤੇਰੀ ਦੁਕਾਨ 'ਤੇ? ਮਰਾਨ ਹਾਂ ਛੇਤੀ, ਮਰਾਨ ਹਾਂ ਕੀ ਕਰਨ ਆਇਆ ਸੀ? ਲੈ ਵੀ ਆ ਬੱਚੇ ਦੇ ਕੋਲ ਵੇਖੋ, ਮਰਾਨ ਹਾਂ ਜੂਸ ਪੀਣ ਆਇਆ। ਉੱਚੀ ਬੋਲ ਕੇ ਦੱਸਿਆ ਕਰ, ਪਵਾਮ ਨੂੰ ਪਤਾ ਲੱਗੇ। ਅਤੇ ਹੁਣ ਰਹਿ ਗਈ ਮਰੀਅਮ, ਮਰੀਅਮ ਕੀ ਲੈਣ ਆਈ ਸੀ? ਮਰੀਅਮ ਤੁਹਾਡੀ ਉਹ ਨਿੱਪਲ ਅਤੇ ਸ਼ਵੇਰੀਆ ਲੈਣ ਆਈ ਸੀ, ਮਰੀਅਮ ਕੀ ਲੈਣ ਆਈ ਸੀ? ਮਰੀਅਮ ਨਵਾਜ਼ ਹਾਂ, ਉਹ ਤੇ ਜੂਸ ਲੈਣ ਤੇ ਮਰਾਨ ਹਾਂ ਪੀਣ ਆਇਆ ਸੀ। ਕੇਲਾ ਕੌਣ ਲੈਣ ਆਈ ਸੀ? ਮਰੀਅਮ ਨਵਾਜ਼ ਕੀ ਲੈਣ ਆਈ ਸੀ? ਕੇਲੇ ਲੈਣ ਆਈ ਸੀ, ਕੀ ਕਰਨੇ ਸੀ? ਅਤੇ ਜਿਹੜਾ ਉਹਦਾ ਪਿਓ ਨਵਾਜ਼ ਸ਼ਰੀਫ, ਜਿਹਦਾ ਸਿਰ ਤੂੰ ਕੋਨਾ ਹੋਇਆ ਹੋਇਆ, ਉਹਨੂੰ ਜਾਣਨਾ? ਉਹ ਕੀ ਉਹ ਕੀ ਕਰਦਾ, ਕੀ ਕਰਦਾ, ਕੰਮ ਲਿਖਦਾ? ਕਾਹਦਾ, ਕਿਸ ਕਿਤਾਬ ਦਾ? ਲੈ ਵੀ ਜਿਹੜਾ ਹੈਗਾ ਨਾ ਬਾਬਾ ਨਵਾਜ਼ ਸ਼ਰੀਫ, ਉਹ ਕੰਮ ਕੁੰਮ ਵੀ ਸਕੂਲ ਦਾ ਲਿਖਦਾ। ਬੋਲ ਕੇ ਦੱਸ, ਚੱਲ ਬੋਲ ਕੇ ਦੱਸ।